ਸਿੱਖ ਕੌਮ ਬਾਹਰਲੇ ਮੁਲਕਾਂ 'ਚ ਤਾਂ ਆਪਣੇ ਧਾਰਮਿਕ ਚਿੰਨ੍ਹ ਕਿਰਪਾਨ ਧਾਰਨ ਕਰਨ ਨੂੰ ਲੈ ਕੇ ਸੰਘਰਸ਼ ਕਰ ਹੀ ਰਹੀ ਹੈ, ਪਰ ਨਾਲ ਹੀ ਉਸਨੂੰ ਆਪਣੇ ਮੁਲਕ ਵਿੱਚ ਵੀ ਆਪਣੀ ਵਜੂਦ ਦੀ ਲੜਾਈ ਲੜਨੀ ਪੈ ਰਹੀ ਹੈ। ਜੋ ਤਾਜ਼ਾ ਮਾਮਲਾ ਹਿਮਾਚਲ ਦੇ ਸੋਲਨ ਤੋਂ ਸਾਹਮਣੇ ਆਇਆ ਹੈ, ਉਹ ਕਈ ਵੱਡੇ ਸਵਾਲ ਖੜੇ ਕਰ ਗਿਆ। ਦੋ ਸਿੱਖ ਨੌਜਵਾਨਾਂ ਨੂੰ ਹਾਲ ਹੀ 'ਚ ਹੋਈ ਪੁਲਿਸ ਭਰਤੀ ਦੀ ਲਿਖਤੀ ਪ੍ਰੀਖਿਆ ਦੇਣ ਤੋਂ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਉਹ ਅੰਮ੍ਰਿਤਧਾਰੀ ਸਨ ਅਤੇ ਉਹਨਾਂ ਨੇ ਗਾਤਰੇ ਪਾਏ ਹੋਏ ਸਨ, ਜਿਸ ਤੋਂ ਪ੍ਰੀਖਿਆ ਕੰਟਰੋਲਰ ਨੂੰ ਇਤਰਾਜ਼ ਸੀ। ਪਰ ਹੁਣ ਇਸ ਮਾਮਲੇ 'ਤੇ ਵੱਡਾ ਵਿਰੋਧ ਪੱਕ ਗਿਆ ਅਤੇ ਵੱਡੇ ਸਵਾਲ ਉੱਠੇ ਹਨ ਕਿ ਆਪਣਾ ਮੁਲਕ ਹੀ ਸਿੱਖ ਕਕਾਰਾਂ ਦੀ ਅਹਿਮੀਅਤ ਤੋਂ ਅਣਜਾਣ। ਇਹਨਾਂ ਨੌਜਵਾਨਾਂ ਮੁਤਾਬਕ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਆਪਣਾ ਗਾਤਰਾ ਉਤਾਰ ਕੇ ਹੀ ਪ੍ਰੀਖਿਆ ਦੇ ਸਕਦੇ ਹਨ, ਜੋ ਉਹਨਾਂ ਨੂੰ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਸੀ। ਕੁੱਲਰਵਾਲਾ ਤਹਿਸੀਲ ਬੱਦੀ ਨੇ ਦੱਸਿਆ ਕਿ ਉਹ ਐਤਵਾਰ ਨੂੰ LR ਕਾਲਜ ਸੋਲਨ ਵਿੱਚ ਪੁਲਿਸ ਭਰਤੀ ਦੀ ਲਿਖਤੀ ਪ੍ਰੀਖਿਆ ਦੇਣ ਗਏ ਸਨ। ਜਿਵੇਂ ਹੀ ਦੋਵੇਂ ਪ੍ਰੀਖਿਆ ਹਾਲ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੀ ਤਲਾਸ਼ੀ ਲਈ ਗਈ ਅਤੇ ਉਹਨਾਂ ਨੂੰ ਗੁਰੂ ਦਾ ਗਾਤਰਾ ਖੋਲ੍ਹਣ ਨੂੰ ਕਿਹਾ ਗਿਆ। ਉਹਨਾਂ ਨੇ ਮੌਜੂਦ IPS ਅਧਿਕਾਰੀ ਅਤੇ ਸਟਾਫ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗਾਤਰਾ ਉਤਾਰ ਕੇ ਬਾਹਰ ਰੱਖਣਾ ਹੋਵੇਗਾ ਤਾਂ ਹੀ ਪ੍ਰੀਖਿਆ ਦੇ ਸਕਦੇ ਹੋ। ਸਰ ਮੈਂ ਭਰਤੀ ਕੇ ਲਈ ਗਿਆ ਤਾਂ ਸੋਲਨ LR ਕਾਲਜ ਮੇ, ਤੋ ਵਹਾਂ ਪੇ ਹਮਾਰੀ ਚੈਕਿੰਗ ਹੋਈ ਤੋ ਹਮੇ ਅੰਦਰ ਨਹੀਂ ਜਾਣੇ ਦੀਆ, ਤੋ ਰਿਟਰਨ ਕੇ ਲੀਏ ਤੋ ਹਮਨੇ ਗਾਤਰਾ ਡਾਲਾ ਥਾ, ਤੋ ਉਹਨਾਂ ਨੇ ਬੋਲਾ ਇਸਕੋ ਨਿਕਾਲ ਕੇ ਜਾਓ, ਹਮ ਅੰਦਰ ਨਹੀਂ ਜਾਣੇ ਨੇਗੇ। ਤੋ ਸਰ ਹਮਨੇ ਬੋਲਾ ਐਸਾ ਤੋ ਕੋਈ ਰੂਲ ਹੀ ਨਹੀਂ ਹੈ, ਨਾ ਐਸਾ ਰੂਲ ਕਭੀ ਹੁਆ, ਨਾ ਹਮਨੇ ਕਭੀ ਸੁਨਾ। ਤੋ ਸਰ ਉਹਨੇ ਬੋਲਾ ਹਮਸੇ ਬਾਤ ਨਹੀਂ ਕਰਨੀ, ਜਾ ਕੇ ਸਰ ਖੜੇ ਹੈ IPS, ਤੋ ਉਨਸੇ ਬਾਤ ਕਰੋ। ਤੋ ਸਰ ਹਮ IPS ਕੇ ਪਾਸ ਗਏ, ਤੋ ਸਰ ਉਨਕਾ ਮਤਲਬ ਇੱਕ ਤੋ ਉਹਨਾਂ ਨੇ ਬਾਤ ਅੱਛੇ ਢੰਗ ਸੇ ਨਹੀਂ ਕਹੀ, ਹਮਸੇ ਬਦਤਮੀਜ਼ੀ ਸੇ ਬਾਤ ਕਹੀ, ਇਤਨੇ 3 ਸਟਾਰ ਲਗੇ ਥੇ। ਤੋ ਸਰ ਉਹਨਾਂ ਨੇ ਬੋਲਾ ਕਿ ਹਮ ਜਾ ਨਹੀਂ ਦੇ ਸਕਤੇ, ਯਹਾਂ ਪੇ ਗਾਤਰਾ ਰੱਖ ਕੇ ਜਾਓ, ਤੋ ਜਾਣੇ ਨੇਗੇ। ਮੈਨੇ ਕਿਹਾ ਸਰ ਐਸਾ ਤੋ ਰੂਲ ਨਹੀਂ, ਆਰਮੀ ਵੀ ਚਲਤਾ ਹੈ, ਕਈ ਬੰਦੇ ਬੱਦੀ ਮੇ ਵੀ ਹੈ ਜਿਨ੍ਹਾਂ ਨੇ ਪਹਿਨਾ ਹੈ। ਤੋ ਸਰ ਉਹ ਬੋਲੇ ਵੀ ਨਹੀਂ, ਹਮੇ ਸੋਲਨ ਮੇ ਬਤਾਓ, ਹਮ ਸੋਲਨ ਮੇ ਹੋਊਗਾ ਤੋ ਮਾਨ ਲੇਂਗੇ। ਮੈਂ ਕਿਹਾ ਸਰ ਸੋਲਨ ਮੇ ਤੋ ਮੇਰੇ ਕੋ ਪਤਾ ਨਹੀਂ, ਤੋ ਬੋਲੇ ਹਮ ਨਹੀਂ ਜਾਣੇ ਨੇਗੇ। ਮੈਂ ਕਿਹਾ ਸਰ ਆਰਮੀ ਕੀ ਬਰਤੀ ਗਏ, ਹਮੇ ਪਤਾ ਹੈ, ਹਮਾਰੇ ਕਈ ਫਰੈਂਡਸ ਵੀ ਹੈ। ਤੋ ਬੋਲਾ ਫਿਰ ਆਰਮੀ ਵੀ ਜਾਓ, ਯਹਾਂ ਪੇ ਮਤ ਆਨਾ। ਮੈਂ ਕਿਹਾ ਸਰ ਠੀਕ ਹੈ। ਤੋ ਸਰ ਹਮ 10-15 ਮਿੰਟ ਉਨਕੀ ਮਿੰਤੇ ਕਰਤੇ ਰਹੇ, ਤੋ ਕੋਈ ਵੀ ਨਹੀਂ ਮਾਨਾ, ਤੋ ਉਹ ਚਲੇ ਗਏ। ਸਰ ਹਮ 3 ਲੋਕ ਥੇ, ਸਰ ਇੱਕ ਦੋ ਤੋਂ ਹਮ ਗੁਲਟਰਵਾਲਾ ਗਾਉਂ ਕੇ ਅਤੇ ਇੱਕ ਨਾਲਾਗੜ੍ਹ ਗਾਉਂ ਕਾ ਥਾ। ਸਰ ਹਮੇ ਇਨਸਾਫ ਚਾਹੀਏ। ਹਾਲਾਂਕਿ ਦੋਵਾਂ ਨੌਜਵਾਨਾਂ ਨੇ ਅਧਿਕਾਰੀ ਅਤੇ ਸਟਾਫ ਨੂੰ ਦੱਸਿਆ ਕਿ ਦੋਵੇਂ ਅੰਮ੍ਰਿਤਧਾਰੀ ਹਨ ਅਤੇ ਕਿਸੇ ਵੀ ਕੀਮਤ ਵਿੱਚ ਗੁਰੂ ਦੇ ਗਾਤਰੇ ਨੂੰ ਸਰੀਰ ਤੋਂ ਵੱਖ ਨਹੀਂ ਕਰ ਸਕਦੇ, ਇਹ ਸਿੱਖ ਧਰਮ ਦੇ ਨਿਯਮ ਹੈ। ਪਰ ਅਧਿਕਾਰੀ ਅਤੇ ਸਟਾਫ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਬਦਤਮੀਜ਼ੀ ਕਰਦੇ ਹੋਏ ਉਹਨਾਂ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ। ਉਹਨਾਂ ਨੇ ਪਹਿਲਾਂ ਵੀ ਲਿਖਤੀ ਪ੍ਰੀਖਿਆ ਦਿੱਤੀ ਸੀ, ਉਸ ਦੌਰਾਨ ਉਹਨਾਂ ਨੂੰ ਗਾਤਰਾ ਪਹਿਣ ਕੇ ਅੰਦਰ ਜਾਣ ਦਿੱਤਾ ਗਿਆ ਸੀ, ਪਰ ਇਸ ਵਾਰ ਦੀ ਪ੍ਰੀਖਿਆ 'ਚ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੇਂਦਰ ਸਰਕਾਰ ਅਤੇ ਹਿਮਾਚਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਜੋ ਵੀ ਜ਼ਿੰਮੇਵਾਰ ਹਨ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਸ਼ਿਮਲਾ ਤੋਂ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਤੋਂ ਅਕਾਲੀ ਦਲ ਦੇ ਮੁਖੀ ਦਲਜੀਤ ਸਿੰਘ ਪਿੰਡਰ ਨੇ ਕਿਹਾ ਕਿ ਪੁਲਿਸ ਭਰਤੀ ਵਿੱਚ ਨੌਜਵਾਨਾਂ ਨੂੰ ਗਾਤਰਾ ਪਹਿਣ ਕੇ ਅੰਦਰ ਜਾਣ ਤੋਂ ਰੋਕਣਾ ਸਿੱਖਾਂ ਦੇ ਮੌਲਿਕ ਅਧਿਕਾਰ ਦਾ ਹਨਨ ਹੈ। ਦਲਜੀਤ ਸਿੰਘ ਪਿੰਡਰ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 25 ਦੇ ਤਹਿਤ ਹਿੰਦੁਸਤਾਨ 'ਚ ਸਿੱਖਾਂ ਨੂੰ ਗਾਤਰਾ ਕਿਰਪਾਨ ਅਤੇ ਕੜਾ ਪਹਿਣ ਕੇ ਲੋਕ ਸਭਾ, ਰਾਜ ਸਭਾ, ਸੁਪਰੀਮ ਕੋਰਟ, ਹਾਈ ਕੋਰਟ ਦੇ ਨਾਲ ਹੀ ਡੋਮੈਸਟਿਕ ਅਤੇ ਇੰਟਰਨੈਸ਼ਨਲ ਏਅਰਲਾਈਨਸ ਦੇ ਇਲਾਵਾ ਕਿਤੇ ਵੀ ਜਾਣ ਦੀ ਛੂਟ ਹੈ। ਕੋਈ ਵੀ ਸਿੱਖਾਂ ਦੇ ਗਾਤਰੇ ਕਿਰਪਾਨ ਉੱਪਰ ਇਤਰਾਜ਼ ਨਹੀਂ ਖੜੇ ਕਰ ਸਕਦਾ। ਇਹ ਮਾਮਲਾ ਬੇਹੱਦ ਸ਼ਰਮਸਾਰ ਕਰਨ ਵਾਲਾ ਹੈ ਕਿ ਸਾਡੇ ਆਪਣੇ ਹੀ ਮੁਲਕ ਵਿੱਚ ਇਸ ਦੇ ਸਵਾਲ ਚੁੱਕੇ ਗਏ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।